ਪੰਜਾਬ ਵਿੱਚ ਕਾਂਗਰਸ ਵੱਲੋਂ ਸੱਤਾ ਸੰਭਾਲੇ ਜਾਣ ਤੋਂ ਬਾਅਦ ਕਾਂਗਰਸੀ ਵਿਧਾਇਕ ਵੀ ਆਪੋ ਆਪਣੇ ਤੌਰ ਤੇ ਵੱਖ ਵੱਖ ਵਿਭਾਗਾਂ ਦਾ ਜਾਇਜ਼ਾ ਲੈ ਰਹੇ ਨੇ। ਇਸ ਲੜੀ ਤਹਿਤ ਮੋਗਾ ਦੇ ਵਿਧਾਇਕ ਹਰਜੋਤ ਕਮਲ ਨੇ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਚੈਕਿੰਗ ਕੀਤੀ। ਇਸ ਮੌਕੇ ਉਹਨਾਂ ਜਿੱਥੇ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਉੱਥੇ ਹੀ ਉਹਨਾਂ ਹਸਪਤਾਲ ਵਿੱਚ ਮਰੀਜ਼ਾਂ ਨੂੰ ਦਰਪੇਸ਼ ਦਿੱਕਤਾਂ ਵੀ ਜਾਣੀਆਂ। ਹਰਜੋਤ ਕਮਲ ਨੇ ਕਿਹਾ ਕਿ ਉਹ ਇਹਨਾਂ ਮੁਸ਼ਕਲਾਂ ਦੀ ਫਹਿਰਿਸਤ ਨੂੰ ਪੰਜਾਬ ਦੇ ਸਿਹਤ ਮੰਤਰੀ ਨਾਲ ਸਾਂਝਾ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਮੇਨ ਸਮੱਸਿਆ ਲੋਕਾਂ ਦੀ ਸੀਗੀ ਸਫਾਈ ਦੀ, ਬਾਥਰੂਮਾਂ ਦੀ, ਪੀਣ ਵਾਲੇ ਪਾਣੀ ਦੀ। ਪਰ ਉਹ ਮੈਨੂੰ ਇਹਨਾਂ ਨੇ ਦੱਸਿਆ ਕਿ ਇੱਕ ਤਾਂ ਜਿਹੜੇ ਠੇਕੇ 'ਤੇ ਹੈਗੇ ਸਫਾਈ ਵਾਲੇ ਉਹਨਾਂ ਦੇ ਵਾਸਤੇ ਵੀ, ਮੈਂ ਕਿਹਾ ਇੱਕ ਪਿੱਛੇ ਬਿਲਡਿੰਗ ਬਣ ਰਹੀ ਹੈ ਉਹਦੇ 'ਚ ਠੇਕੇਦਾਰ ਵੱਲੋਂ ਕੋਈ ਕਮੀ ਆ, ਬਹੁਤ ਸਲੋ ਆ ਸਿਸਟਮ। ਜੇ ਉਹ ਬਣ ਜਾਂਦੀ ਹੈ ਤਾਂ ਜਿੰਨਾ ਜ਼ਿਆਦਾ ਰਸ਼ ਹੈਗਾ ਸਿਵਲ ਹੋਸਪਿਟਲ 'ਚ, ਸਪੈਸ਼ਲੀ ਗਾਇਨੀ ਅਤੇ ਮੈਡੀਸਨ ਵਾਰਡ ਦੇ ਵਿੱਚ, ਉਹ ਵੰਡਿਆ ਜਾਊਗਾ। ਅਤੇ ਉਹ ਮੈਂ ਕੋਸ਼ਿਸ਼ ਕਰਕੇ ਉਹਨੂੰ ਸਪੀਡ ਅਪ ਕਰਾਉਣਾ।